और सब गांधी सर्दियों और वादियों के स्वर के खास सरदार सजदियों अमृत वेले तो ही असी बाणी सरगण कर रहे हैं। आओ आपका सब तो पहला सरदार को जो बेस्ट का जी के बक्से बजे तारे मंत्री के बनाते हैं और हमारे के अंदर की आपका जी वाहिगुरु जी का खालसा वाहिगुरु जी की फतेह। ਕੌਮੀ ਇਨਸਾਫ ਮੋਰਚੇ ਦੇ ਵਿੱਚ ਡਟ ਕੇ ਬੈਠੀ ਸਰਗਰ ਤੁਹਾਨੂੰ ਮੇਰਾ ਕੋਟ ਕੋਟ ਪ੍ਰਣਾਮ ਹੈ। ਅਸੀਂ ਤੁਹਾਡੇ ਚਰਨਾਂ ਦੇ ਧੂੜ ਲੱਗੇ ਵੀ ਸਤਿਗੁਰੂ ਮਹਾਰਾਜ ਨੇ ਬੜੀ ਅਪਾਰ ਕਿਰਪਾ ਕੀਤੀ ਹੈ ਸਾਡੇ ਦੀ। ਇੱਕਜੁੱਟ ਹੋ ਕੇ ਇੱਕ ਏਕਤਾ ਦਿਖਾ ਕੇ ਵੱਧ ਤੋਂ ਵੱਧ ਕੌਮੀ ਇਨਸਾਫ ਮੋਰਚੇ ਦੇ ਵਿੱਚ ਆਪਾਂ ਮਾਰ ਵੀ ਲਗਾਈਏ। ਔਰ ਜਿਹਨਾਂ ਨੇ ਪ੍ਰਬੰਧਕ ਕਮੇਟੀ ਨੇ ਸਾਨੂੰ ਸਮਾਂ ਬਖਸ਼ਿਆ और समय के मुताबिक आपने जड़ी वार का प्रसंग समाप्त कर दिया। शहीद भाई बलविंदर सिंह बारा साढ़े फादर साहब जेडे 1992 के सिख कौम के लिए संघर्ष करते करते सिख कौम ने अपने जान कुर्बान कर दी थी। पिंड पंजोड़े की धरती के विचों जन्म लिया माता सोनी देवी की कुखों। पिता का नाम प्रेम सिंह सूबेदार और धरती के जन्म लिया और धरती के उत्ते ने जन्म लिया। शहीद भाई बलविंदर सिंह बारा जी जिन्होंने पिंडा के खेडा भी करवाइया सी ते धी भैन के राखे भी सी ते पंथ के लिए सेवा भी कर रहे थे पर उन्होंने जाणिया इहदे नाम ते जांदा सी कि एक खाती है ये आपके वाली है। पर प्यारे और सूरमे धन ने मामा ਜਿਹੜੀਆਂ ਉਹ ਸੂਰਮਿਆਂ ਨੂੰ ਜਨਮ ਦਿੰਦੀਆਂ ਨੇ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਮੈਂ ਉਸ ਜੋਧੇ ਦੀ ਧੀ ਪਾਉਂਗੀ। ਮਹਾਰਾਜ ਨੇ ਕਿਰਪਾ ਕੀਤੀ ਹੈ ਭਾਈ ਰਘਵੀਰ ਸਿੰਘ ਰਸੂਲਪੁਰੀ ਉਹਨਾਂ ਨੇ ਰਾਤ ਦੇ ਰਾਤ ਫਤਿਹ ਸਾਹਿਬ ਦਾ ਪੂਰਾ ਪ੍ਰਸੰਗ ਲਿਖ ਕੇ ਮੈਨੂੰ ਰਾਤ ਸੈਂਡ ਕੀਤਾ। ਕੋਸ਼ਿਸ਼ ਕਰਕੇ ਵੇਖਦੇ ਹਾਂ ਉਹਨਾਂ ਦੇ ਅੰਦਰ ਤੁਸੀਂ ਬੜੀ ਦਿੱਤੀਆਂ ਹੋਈਆਂ ਅਸੀਸਾਂ ਨੇ ਤੁਹਾਡੀ ਕਿਰਪਾ ਹੈ। ਗੁਰੂ ਬਾਜਾ ਵਾਲੇ ਪਿਤਾ ਨੇ ਬੜੀ ਬਖਸ਼ਿਸ਼ ਕੀਤੀ ਹੈ ਉਹ ਜਿਹੜੇ ਨੇ ਪਿੰਡ ਪੰਜੋੜੇ ਦੇ ਵਿੱਚ ਜਨਮ ਲੈ ਕੇ ਏਕਤਾ ਦੀ ਮੰਗ ਕਰੀ ਸਿੱਖ ਕੌਮ ਵਾਸਤੇ ਸੇਵਾ ਕਰਦੇ ਰਹੇ ਲੜਦੇ ਰਹੇ ਸਿੱਖ ਕੌਮ ਦੀ ਖਾਤਰ ਧੀਆਂ ਭੈਣਾਂ ਦੀ ਰਾਖੀ ਕਰਦੇ ਰਹੇ ਸਿੱਖ ਕੌਮ ਦੀ ਏਕਤਾ ਨੂੰ ਅੱਗੇ ਵਧਾਉਂਦੇ ਰਹੇ ਜਿਹੜੀ ਨੌਜਵਾਨ ਪੀੜ੍ਹੀ ਸੀ ਉਹਨੂੰ ਖੇਡਾਂ ਦੇ ਵਿੱਚ ਪ੍ਰੇਰਣਾ ਦਿੰਦੇ ਰਹੇ ਉਸ ਜੋਧੇ ਨੇ ਇੱਕ ਨਾਮ ਕਮਾਇਆ ਰੋਪੜ ਜ਼ਿਲ੍ਹੇ ਦੇ ਵਿੱਚ ਉਸ ਜੋਧੇ ਨੇ ਇੱਕ ਨਾਮ ਕਮਾਇਆ ਉਸ ਧਰਤੀ ਦੇ ਵਿੱਚ ਪਿੰਡ ਪੰਜੋੜੇ ਦੇ ਵਿੱਚ ਆਓ ਫਿਰ ਢਾਡੀ ਜਦੋਂ ਭਰਾਉਂਦੇ Thank you.
ਪਰ
ਮਸਲਾ ਕਿਤਨੇ ਨੂੰ ਕਰਦੇ ਸੀ ਅੰਮ੍ਰਿਤ ਵੇਲੇ ਜੋ ਦੇ ਉੱਠਣਾ ਗੁਰਦੁਆਰਾ ਸਾਹਿਬ ਜਾਣਾ ਉਹਨਾਂ ਨੇ ਗੁਰਸਿੱਖੀ ਦੀ ਪ੍ਰੇਰਨਾ ਬੱਚਿਆਂ ਨੂੰ ਦਿੰਦੇ ਸੀ ਕਹਿੰਦੇ ਜਦੋਂ ਵਕਤ ਦੀ ਮਾਰ ਪੈਂਦੀ ਹੈ ਆਪਣੇ ਆਪਣੇ ਹੀ ਪਾਸਾ ਵੱਟ ਦਿੰਦੇ ਨੇ ਫਾਦਰ ਸਾਹਿਬ ਅੰਮ੍ਰਿਤ ਵੇਲੇ ਗਏ ਮਾਤਾ ਜੀ ਨੂੰ ਕਹਿੰਦੇ ਵੀ ਮੈਂ ਪਾਠ ਕਰਕੇ ਉਹਦੇ ਬਾਅਦ ਮੈਂ ਵਾਪਸ ਆਉਣਾ ਮਾਤਾ ਜੀ ਕਹਿਣ ਲੱਗਿਆ ਕਹਿੰਦਾ ਤੁਸੀਂ ਆਪਣਾ ਜਿਹੜਾ ਗੁਰੂ ਘਰ ਦੀ ਸੇਵਾ ਹੈ ਰੁਟੀਨ ਹੈ ਉਹ ਨਹੀਂ ਕਰਨੀ ਕਹਿੰਦੇ ਅੰਮ੍ਰਿਤ ਵੇਲੇ ਦੋ ਵਜੇ ਗਏ ਪਾਠ ਕੀਤਾ ਨਿਤਨੇਮ ਕੀਤਾ ਅਰਦਾਸ ਕੀਤੀ ਵਕਤ ਨੇ ਐਸੀ ਖੇਡ ਰਚਾਈ ਰੋਪੜ ਤੋਂ ਜਦੋਂ ਪੁਲਿਸ ਆਈ ਗੱਡੀ ਦੇ ਵਿੱਚ ਫਾਦਰ ਸਾਹਿਬ ਨੂੰ ਪੁੱਛਦੇ ਨੇ ਮੇਰੇ ਮਾਤਾ ਜੀ ਨੂੰ ਕਹਿੰਦੇ ਭਾਈ ਸਾਹਿਬ ਕਿੱਥੇ ਨੇ ਸਾਡੀ ਮਾਂ ਨੂੰ ਵੀ ਨਹੀਂ ਸੀ ਪਤਾ ਕਿ ਭਾਣਾ ਵਰਤਣਾ ਕੀ ਸੀ ਉਹਨਾਂ ਨੇ ਕਿਹਾ ਕਹਿੰਦੇ ਗੁਰੂ ਘਰੋਂ ਨਿਤਨੇਮ ਕਰਨ ਗਏ ਜਦੋਂ ਮੇਰੇ ਫਾਦਰ ਸਾਹਿਬ ਅਰਦਾਸ ਕਰਨ ਲੱਗੇ ਉਹਨਾਂ ਨੂੰ ਆਵਾਜ਼ ਪਈ ਕਹਿੰਦੇ ਭਾਈ ਰਵਿੰਦਰ ਸਿੰਘ ਕਹਿੰਦੇ ਹਾਂਜੀ ਕਹਿੰਦੇ ਦੋ ਮਿੰਟ ਵਾਸਤੇ ਗੱਲਬਾਤ ਕਰਨੀ ਹੈ ਤੁਹਾਨੂੰ ਇੱਥੇ ਵਾਪਸ ਕਰਨਾ ਉਹ ਜੀ ਤੇ ਉਹ ਸਮਾਂ ਸਾਨੂੰ ਦੇਰ ਤੱਕ ਨਸੀਬ ਕੀਤੀ ਹੋਈ ਧੰਨ ਸੀ ਮੇਰੀ ਮਾਂ ਜਿਹਨੇ ਚਾਰ ਮਹੀਨੇ ਦੀ ਬੱਚੀ ਨੂੰ ਕੀਰਤਨ ਕਰ ਕਰਕੇ ਪਾਇਆ ਛੇ ਤਾਏ ਚਾਚੇ ਸੀ ਕਿਸੇ ਨੇ ਸਾਥ ਨਹੀਂ ਨਿਭਾਇਆ ਤੁਹਾਡਾ ਪਰਿਵਾਰ ਮੇਰੀ ਮਾਂ ਰੋਟੀ ਰੋਟੀ ਦੀ ਮਤਾਰ ਹੋ ਗਈ ਹੈ ਇੱਕ ਮੁਸਲਮਾਨ ਪਰਿਵਾਰ ਸੀ ਸਾਡੇ ਸਾਹਮਣੇ ਮੇਰੀ ਮਾਂ ਕਹਿੰਦੀ ਮੈਂ ਚਾਰ ਦਿਨ ਭੁੱਖੀ ਬੈਠੀ ਰਹੀ ਪੁੱਤਰ ਤੈਨੂੰ ਗੋਦੀ ਦੇ ਵਿੱਚ ਲੈ ਕੇ ਪਰ ਮੈਨੂੰ ਕਿਸੇ ਨੇ ਐ ਨਹੀਂ ਕਿਹਾ ਕਿ ਤੂੰ ਸਾਡਾ ਕਰਦੀ ਹੈ ਸਭ ਨੇ ਪੂਰੇ ਬੰਦ ਕਰਦੇ ਸੀ ਉਹ ਪਰਿਵਾਰ ਅਸੀਂ ਧਰਮਾਂ ਦੇ ਵਿੱਚ ਵਿਰੋਧ ਕਰਦੇ ਹਾਂ ਉਹ ਮੁਸਲਮਾਨ ਪਰਿਵਾਰ ਨੇ ਆ ਕੇ ਮੇਰੀ ਮਾਂ ਨੂੰ ਪਛਾਣਿਆ ਤੇਰੀ ਮਾਂ ਕਹਿੰਦੀ ਤੇਰੇ ਪਿਓ ਦੀਆਂ ਪੱਗਾਂ ਤਣੀਆਂ ਸੀ ਉਹ ਪੱਗਾਂ ਦੇ ਨਾਲ ਮੈਂ ਪੁੱਤਰ ਤੇਰਾ ਕਾਰਨ ਛੱਡਿਆ ਪਿਆਰਿਓ ਬਹੁਤ ਔਖਾ ਹੈ ਇਤਿਹਾਸ ਸੁਣਾ ਤਾਂ ਮੈਂ ਰਹੀ ਹਾਂ ਪਰ ਦਿਲ ਤੇ ਪੱਥਰ ਰੱਖ ਕੇ ਸੁਣਾ ਰਹੀ ਹਾਂ ਤਾਂ ਸਾਡੀ ਮਾਂ ਨੂੰ ਸਿਰਫ ਬਣਾ ਲਿਆ ਜਿਹਨੇ ਸਾਰੀ ਜ਼ਿੰਦਗੀ ਇੱਕ ਬੱਚੀ ਦੇ ਉੱਤੇ ਨਿਸ਼ਾਵਰ ਕਰ ਦਿੱਤੀ ਕਹਿੰਦੀ ਮੈਨੂੰ ਮਾਣ ਹੈ ਆਪਣੇ ਸਿੰਘ ਦੇ ਉੱਤੇ ਕਹਿੰਦੇ ਜਦੋਂ ਪੁਲਿਸ ਨੇ ਆਵਾਜ਼ ਮਾਰੀ ਭਾਈ ਬਲਵਿੰਦਰ ਸਿੰਘ ਅਸੀਂ ਦੋ ਮਿੰਟ ਦੀ ਗੱਲਬਾਤ ਕਰਨੀ ਹੈ ਤੈਨੂੰ ਵਾਪਸ ਇੱਥੇ ਛੱਡ ਦਾਂਗੇ ਕਹਿੰਦੇ ਬਾਦਲ ਸਾਹਿਬ ਦੇ ਮਨ ਵੀ ਅੰਦਰ ਨਹੀਂ ਸੀ ਕਹਿੰਦੇ ਕਾਲੀ ਲੋਈ ਲਈ ਹੋਈ ਸੀ ਐਵੇਂ ਲਪੇਟੀ ਫਾਦਰ ਸਾਹਿਬ ਨੇ ਗੁਲਾਲਾ ਬੰਨਿਆ ਹੋਇਆ ਸੀ ਫਾਦਰ ਸਾਹਿਬ ਜਦੋਂ ਘਰੇ ਆਏ ਮਾਂ ਨੇ ਬੱਚੀ ਨੂੰ ਗੋਦੀ ਦੇ ਵਿੱਚ ਦਿੱਤਾ ਕਹਿੰਦੀ ਦੋ ਮਿੰਟ ਵਾਸਤੇ ਬੱਚੀ ਨੂੰ ਫੜ ਲਈ ਮੇਰੇ ਫਾਦਰ ਸਾਹਿਬ ਨੇ ਫੁੱਟ ਕੇ ਕਲੇਜੇ ਦੇ ਨਾਲ ਜਦੋਂ ਮੈਨੂੰ ਲਾਇਆ ਮੇਰੀ ਮਾਂ ਕਹਿੰਦੀ ਜਿਵੇਂ ਤੂੰ ਭੁੱਗਾ ਮਾਰ ਮਾਰ ਰੋਈ ਸੀ ਨਾ ਮੇਰੇ ਅੱਜ ਵੀ ਯਾਦ ਹੈ ਇੱਕ ਚਾਰ ਮਹੀਨੇ ਦਾ ਬੱਚਾ ਬਿਨਾਂ ਪਿਓ ਦੇ ਪਲਿਆ ਹੋਵੇ ਮੈਂ ਕਹਿੰਦੀ ਹਾਂ ਜਿਵੇਂ ਮੇਰਾ ਪਰਿਵਾਰ ਜਿਵੇਂ ਮੇਰੀ ਮਾਂ ਰੋਈ ਹੈ ਜਿਵੇਂ ਮੇਰਾ ਬਚਪਨ ਰੋਇਆ ਪਿਆਰੇ ਜਾਂ ਕਿਸੇ ਦਾ ਬਚਪਨ ਰੋਇਆ ਸਭ ਦੇ ਸਿਰ ਦੇ ਉੱਤੇ ਮਾਂ ਬਾਪ ਹੋਣੇ ਬਹੁਤ ਜ਼ਰੂਰੀ ਹੈ ਪਰ ਮਾਣ ਹੈ ਸਾਨੂੰ ਕਿਸੇ ਕੌਮ ਦੇ ਦੇਸ਼ ਨੂੰ ਦਰਸ਼ ਕਰਦੇ ਕਰਦੇ ਉਹਨਾਂ ਨੇ ਸ਼ੁਰੂ ਕੀਤੀ ਭਾਈ ਧੰਨ ਹੈ ਮੇਰੀ ਮਾਂ ਜੀ ਨੇ ਸਾਰੀ ਜ਼ਿੰਦਗੀ ਇੱਕ ਬੱਚੀ ਦੇ ਉੱਤੇ ਨਿਸ਼ਾਵਰ ਕਰ ਦਿੱਤੀ ਇਹ ਮਾੜਾ ਸਮਾਂ ਜਿਹੜੀ ਉਹ ਜ਼ਾਲਮਾਂ ਨੇ ਕਹਿਰ ਗੁਜ਼ਾਰੀ ਸਖਿਆ ਵੀ ਸਾਥ ਛੱਡ ਕੇ ਸਖਿਆ ਨੇ ਵੀ ਸਾਖਾ ਬਦਲ ਲਿਆ ਸਖਿਆ ਨੇ ਵੀ ਬੂਹੇ ਧਰ ਲਏ ਸੀ ਮੇਰੀ ਮਾਂ ਨੂੰ ਕਿਹਾ ਸੀ ਕਹਿੰਦੇ ਬੱਚੀ ਨੂੰ ਲੈ ਕੇ ਸਾਡੇ ਘਰੋਂ ਬਾਹਰ ਨਿਕਲ ਜਾ ਧੰਨ ਸੀ ਮੇਰੀ ਮਾਂ ਜਿਹੜੀ ਕਿਰਪਾ ਦੀ ਬੱਚੀ ਨੂੰ ਕਲੇਜੇ ਦੇ ਨਾਲ ਲਾ ਕੇ ਉਹ ਮਹਿਕੂ ਦਾ ਚਾਪ ਨਹੀਂ ਉਸ ਮਾਂ ਨੇ ਛੱਡਿਆ ਪਰ ਜਦੋਂ ਆਪਣੇ ਸਿੱਖ ਨੂੰ ਇੱਕ ਸ਼ਤਨ ਦੇ ਜਾਲ ਦੇ ਵਿੱਚ ਫਸਦਾ ਹੋਇਆ ਵੇਖਿਆ ਕਿਰਪਾ ਦੀ ਬੱਚੀ ਨੂੰ ਆਪਣੀ ਗੋਦ ਦੇ ਵਿੱਚ ਲੈਂਦਿਆ ਹੋਇਆ ਵੇਖਿਆ ਉਹ ਪੁਲਿਸ ਹਥਿਆਰ ਰੋਪੜ ਦੀ ਪੁਲਿਸ ਨੇ ਆ ਕੇ ਜਦੋਂ ਹਥਿਆਰ ਮਾਰਿਆ ਤਾਂ ਕਿਵੇਂ ਮਾਰਿਆ ਤੁਹਾਡੀ ਕਦਰ ਕੋਈ ਹੈ ਇਹ Thank you.
गुरु का चरण
Thank you.
What?